ਕੁਲਦੀਪ ਮਾਣਕ ਨੇ ਚਮਕੀਲੇ ਨਾਲ ਤਾਂ ਖੁੰਦਕ ਰੱਖਣੀ ਸੀ ਕਿਉਂਕਿ ਉਹਦੇ ਨਾਲ ਦੀ ਗਾਉਣ ਵਾਲੀ ਅਮਰਜੋਤ ਨੂੰ ਚਮਕੀਲਾ ਪੱਟ ਕੇ ਲੈ ਆਇਆ ਸੀ, ਆਪਣੇ ਗਰੁੱਪ ਚ ਰਲਾ ਲਿਆ ਸੀ, ਤੇ ਫਿਰ ਅੰਦਰੋਂ ਖਾਰ ਤਾਂ ਕੁਲਦੀਪ ਮਾਣਕ ਨੇ ਰੱਖਣੀ ਸੀ। ਇਹ ਵੀ ਕਹਿਣਾ ਅਕਬਰ ਆਲਮ ਦਾ, ਲਾ ਕੇ ਲੋਗੜੀ ਦਾ ਗੁੱਤ ਨਾਲ ਫੁੱਲ ਨੀ, ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨੀ, ਜਿਹੜਾ ਕਿ ਕੁਲਦੀਪ ਮਾਣਕ ਔਰ ਅਮਰਜੋਤ ਨੇ ਗਾਣਾ ਗਾਇਆ ਸੀ, ਜਿਹੜਾ ਕਿ ਸੁਪਰ ਡੁਪਰ ਹਿੱਟ ਹੋਇਆ ਸੀ। ਉਸ ਤੋਂ ਬਾਅਦ ਅਮਰਜੋਤ ਗਾਉਂਦੀ ਰਹੀ ਕੁਲਦੀਪ ਮਾਣਕ ਦੇ ਨਾਲ, ਕੁਝ ਨਹੀਂ ਨੀ ਵੀ ਆਪਸ ਵਿੱਚ ਹੀ ਕੁਝ ਇਹਨਾਂ ਦੀ ਖਟਾਸ ਪੈ ਜਾਂਦੀ, ਪਰ ਇਹਦੇ ਕਹਿਣ ਦਾ ਮਤਲਬ ਆ ਵੀ ਉਹਦਾ ਫਾਇਦਾ ਚਮਕੀਲੇ ਨੇ ਚੱਕਿਆ, ਜਿਹਦੀ ਉਹਨਾਂ ਦੇ ਵਿੱਚ ਮਾੜੀ ਮੋਟੀ ਅਣਬਣ ਹੋਈ ਕੁਲਦੀਪ ਮਾਣਕ ਔਰ ਅਮਰਜੋਤ ਦੇ ਵਿੱਚ, ਉਹਦਾ ਫਾਇਦਾ ਚੱਕ ਕੇ ਕੁਲਦੀਪ ਮਾਣਕ ਦਾ ਗਰੁੱਪ ਚੋਂ ਤੋੜ ਕੇ ਅਮਰਜੋਤ ਨੂੰ ਚਮਕੀਲਾ ਆਪਣੇ ਨਾਲ ਲੈ ਆ, ਤੇ ਫਿਰ ਕੁਲਦੀਪ ਮਾਣਕ ਨੇ ਤਾਂ ਉਹਦੇ ਨਾਲ ਅੰਦਰੋਂ ਖਹਿ ਰੱਖਣੀ ਸੀਗੀ ਤੇ ਅੰਦਰੋਂ ਲੱਗਣਾ ਹੀ ਸੀਗਾ। ਤੇ ਉਸ ਤੋਂ ਬਾਅਦ ਦੂਜਾ ਲੱਗਣ ਦਾ ਕਾਰਨ ਇਹ ਵੀ ਸੀਗਾ ਕਿ ਜਿਸ HMB ਕੰਪਨੀ ਚ ਜਾਂਦੇ ਸੀ ਕੁਲਦੀਪ ਮਾਣਕ ਹੋਣੀ ਕਿਸੇ ਦਿਨ, ਤੇ ਉੱਥੇ ਜਾਂਦਿਆਂ ਨੂੰ ਕਹਿੰਦੇ ਆ ਜਾਓ ਮਾਣਕ ਸਾਹਿਬ ਬੈਠੋ, ਉੱਥੇ ਹੀ ਚਮਕੀਲੇ ਨੂੰ ਪੁੱਛ ਕੇ ਡੇਟਾਂ ਦੇਣ ਲੱਗ ਪਏ ਸੀ। ਤੇ ਜਦੋਂ ਮਾਣਕ ਹੋਣੀ ਜਾਂਦੇ ਸੀ ਤਾਂ HMB ਵਾਲੇ ਕਹਿੰਦੇ ਸੀ ਅੱਜ ਚਮਕੀਲੇ ਦੀ ਰਿਕਾਰਡਿੰਗ ਆ, ਤੁਸੀਂ 4 ਦਿਨ ਬਾਅਦ ਆਇਓ, ਕਿਉਂਕਿ ਚਮਕੀਲੇ ਦੀ ਚੜ੍ਹਤ ਇੰਨੀ ਹੋ ਗਈ ਸੀ, ਚਮਕੀਲੇ ਦੀ ਪੁੱਛ ਪ੍ਰਤੀਤ ਇੰਨੀਆਂ ਗਾਣੇ ਤਵੇ ਇੰਨੇ ਹਿੱਟ ਹੋਣ ਲੱਗ ਪਏ ਸੀ ਵੀ ਕੰਪਨੀ ਨੂੰ ਚਮਕੀਲਾ ਹੀ ਦਿਸ ਰਿਹਾ ਸੀ, ਤੇ ਤਹਿਜੀਬ ਜਿਹੜੀ ਚਮਕੀਲੇ ਨੂੰ ਦਿੱਤੀ ਜਾ ਰਹੀ ਸੀ, ਤੇ ਨਾਲ ਅਮਰਜੋਤ ਆ ਗਈ ਸੀ, ਅਮਰਜੋਤ ਤੇ ਚਮਕੀਲੇ ਦੀ ਜੋੜੀ ਹਿੱਟ ਹੋਣ ਦੇ ਨਾਲ ਕੰਪਨੀਆਂ ਦਾ ਜਿਹੜਾ ਸਾਰਾ ਹੀ ਰੁਖ ਸੀਗਾ ਚਮਕੀਲੇ ਵੱਲ ਹੋ ਗਿਆ ਸੀ। ਹੁਣ ਸੁਰਿੰਦਰ ਜਿੰਦਾ ਹੋ ਗਿਆ, ਕੁਲਦੀਪ ਮਾਣਕ ਹੋ ਗਿਆ, ਜਾਂ ਇਹ ਜਦੋਂ ਇਹ ਜਾਂਦੇ ਸੀ ਇਹਨਾਂ ਨੂੰ ਕੰਪਨੀ ਕਹਿੰਦੀ ਸੀ ਭਾਈ ਤੁਸੀਂ 2-4 ਦਿਨ ਅਟਕੋ, ਤੁਸੀਂ ਬਾਅਦ ਚ ਆਓ ਕਈ ਵਾਰੀ, ਤੇ ਇਹਦੇ ਕਹਿਣ ਦਾ ਮਤਲਬ ਕਰਾ ਅਕਬਰ ਆਲਮ ਦੇ ਦਾ ਵੀ ਇਹਨਾਂ ਨੂੰ ਉੱਥੋਂ ਮੋੜ ਦਿੱਤਾ ਜਾਂਦਾ ਸੀ, ਜਾਂ ਇਹਨਾਂ ਨੂੰ ਕਹਿੰਦੇ ਤੁਸੀਂ ਰੋਕ ਲਓ ਚਮਕੀਲੇ ਦੀ ਰਿਕਾਰਡਿੰਗ ਆ, ਤੇ ਫਿਰ ਹੋਰ ਇਹਨਾਂ ਨੇ ਅੰਦਰੋਂ ਚੁੱਭਣਾ ਤਾਂ ਸੀਗਾ ਹੀ, ਲੱਗਣਾ ਤਾਂ ਸੀਗਾ ਹੀ, ਕਿਉਂਕਿ ਇਹਨਾਂ ਥੋੜੋ ਆਪਣੇ ਆਪ ਨੂੰ ਕਰਾ ਹੁੰਦਾ, ਕਿਉਂਕਿ ਇਹ ਵੀ ਇੱਕ ਕਲਾਕਾਰ ਸੀਗੇ, ਇਹਨਾਂ ਦਾ ਵੀ ਕਾਫੀ ਨਾਮ ਸੀਗਾ, ਇੰਨੇ ਗੀਤ ਹਿੱਟ ਸੇ, ਤਾਂ ਕਰਕੇ ਵੀ ਚਮਕੀਲੇ ਨਾਲ ਕੁਲਦੀਪ ਮਾਣਕ ਦੀ ਅੰਦਰੀ ਥੋੜੀ ਜਿਹੀ ਖਹਿਬਾਜੀ ਚੱਲਦੀ ਸੀਗੀ। ਇਹ ਕਿਹਾ ਇਸ ਬੰਦੇ ਇੱਕ ਨਿੱਜੀ ਚੱਲ ਨੂੰ ਇੰਟਰਵਿਊ ਦਿੰਦੇ ਆ, ਮੰਨਦੇ ਆ ਕਿਉਂਕਿ ਇਹ ਤਾਂ ਅਕਸਰ ਹੁੰਦਾ ਹੀ ਆ, ਪਰ ਗੀਤਾਂ ਦੇ ਤੌਰ ਤੇ ਇਹ ਮਹਾਂਪੁਰਸ਼ ਕੁਲਦੀਪ ਮਾਣਕ ਦੇ ਹੱਕ ਚ ਨਿਭੇ ਆ, ਤੇ ਜਿਹੜੇ ਚਮਕੀਲੇ ਦੇ ਗੀਤਾਂ ਨੂੰ ਇਹਨਾਂ ਨੇ ਨਿਰਾ ਹੀ ਭੰਡਿਆ ਆ, ਮਾੜੇ ਹੀ ਦੱਸਿਆ ਆ, ਤੇ ਕਿਹਾ ਵੀ ਗਾਣੇ ਤਾਂ ਕੁਲਦੀਪ ਮਾਣਕ ਦੇ ਵਧੀਆ ਸੀ, ਠੀਕ ਆ, ਪਰ ਹਾਂ ਜਦ ਚਮਕੀਲੇ ਨੇ ਕੁਲਦੀਪ ਮਾਣਕ ਦੇ ਨਾਲੋਂ ਉਹਦੀ ਗਾਉਣ ਵਾਲੀ ਨਾਲ ਦੀ ਜੋੜੀਦਾਰ ਪੱਟੀ ਆ, ਤੇ ਫਿਰ ਤਾਂ ਖੈ ਤਾਂ ਰੱਖਣੀ ਸੀਗੀ, ਯਾਨੀ ਕਿ ਉਹਨੂੰ ਸਹੀ ਠਹਿਰਾ ਦਿੱਤਾ ਇਸ ਬੰਦੇ ਨੇ। ਤੇ ਬਾਕੀ ਗੱਲ ਇਹ ਵੀ ਆ ਉਹਦੀ ਨਹੀਂ ਅਮਰਜੋਤ ਦੀ ਨੀ ਵੀ, ਉਹ ਮਰਜ਼ੀ ਨਾਲ ਆਈ ਹੋਊਗੀ, ਮਰਜ਼ੀ ਨਾਲ ਚਮਕੀਲੇ ਦੇ ਨਾਲ ਆਈ, ਚਮਕੀਲਾ ਕਦੇ ਚੁੱਕ ਕੇ ਨਹੀਂ ਸੀ ਲੈ ਆ ਉਹਨੂੰ, ਆਖਿਰ ਚਮਕੀਲੇ ਨੂੰ ਪਤਾ ਲੱਗਾ ਹੋਊਗਾ ਵੀ ਭਾਈ ਉਹਨਾਂ ਦੇ ਵਿੱਚ ਕੁਝ ਅਣਬਾਣ ਆ ਤੇ ਮੇਰੇ ਨਾਲ ਆ ਜਾ ਜਾਂ ਹਨਾ ਪੈਸੇ ਤੇ ਕੁਲਦੀਪ ਮਾਣਕ ਨਾਲ ਨਹੀਂ ਵੀ ਹੋਊਗੀ, ਆਹ ਕਿੱਥੇ ਦੀ ਗੱਲ ਬਈ ਸਹੀ ਹੋਈ ਤੇ ਉਹ ਪੱਟ ਕੇ ਲੈ ਆਇਆ ਸੀਗਾ। ਪੱਟਣ ਨੂੰ ਕਿਹੜੀ ਕੋਈ ਉਹ ਗਾਜਰ ਮੂਲੀ ਸੀ ਜਿਹੜੀ ਕਿਸੇ ਨੇ ਖੇਤ ਚ ਲਾਜੋ ਸੀ ਫਿਰ ਚੱਕ ਗਿਆ ਚਮਕੀਲਾ, ਚਮਕੀਲੇ ਨੇ ਪੱਟ ਲਈ, ਹੈ ਕਹਿਣ ਦਾ ਮਤਲਬ ਉਹ ਆਪਣੀ ਮਰਜ਼ੀ ਨਾਲ ਆਈ ਹੋਗੀ। ਜੇ ਫਿਰ ਇਸ ਗੱਲ ਤੇ ਖਹਿਬਾਜੀ ਰੱਖੀ ਜਾਂ ਅੰਦਰੋਂ ਜਿਦਾਂ ਰੱਖੀਆਂ ਤੇ ਮਾੜੀ ਗੱਲ ਆ ਭਾਈ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ, ਜੇ ਕਿਸੇ ਨੂੰ ਹੋਰ ਜਾਣਕਾਰੀ ਹੋਈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਧੰਨਵਾਦ।